ਹੈਲੋ ਜੀ ਵੈਲਕਮ ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਉਮੀਦ ਹੈ ਤੁਸੀਂ ਠੀਕ ਠਾਕ ਹੋਗੇ ਅੱਲਾ ਤਾਲਾ ਸਭ ਨੂੰ ਠੀਕ ਠਾਕ ਰੱਖੇ ਅੱਛਾ ਮੈਂ YouTube ਚੈਨਲ ਦੇ ਬਾਰੇ ਗੱਲ ਕਰਨੀ ਸੀ ਮੇਰੇ ਇੱਕ ਫਰੈਂਡ ਕਹਿ ਰਹੇ ਸੀ ਕਿ YouTube ਤੇ ਕਾਫੀ ਤੁਹਾਡੀ ਵੀਡੀਓ ਦੇਖੀ ਜਾਂਦੀ ਹੈ ਲੇਕਿਨ ਚੈੱਕ ਕਰੋ ਕਿ ਸਬਸਕ੍ਰਾਈਬ ਕਿੰਨੇ ਨੇ ਤੇ ਮੈਂ ਕਿਹਾ ਜੀ ਮੈਨੂੰ ਤੇ ਪਤਾ ਨਹੀਂ ਨਾ ਹੀ ਕਦੀ ਮੈਂ ਦੇਖੀ ਇਹ ਚੀਜ਼ ਤੇ ਨਾਈਕੀ ਦੇ ਸਟੂਡੈਂਟਸ ਨੂੰ ਯਾ ਫੋਰਸ ਕੀਤਾ ਕਿ ਸਬਸਕ੍ਰਾਈਬ ਕਰੋ ਤੇ ਉਹ ਦੇਖਿਆ ਤੇ 1000 ਸਬਸਕ੍ਰਾਈਬ ਹੋਇਆ ਵੀਡੀਓ ਦਾ ਤੇ ਉਹ ਕਹਿਣ ਲੱਗੇ ਕਿ ਬਾਈ ਦੇਖੋ ਅਗਰ ਸਬਸਕ੍ਰਾਈਬ ਥੋੜਾ ਹੈ ਤੇ ਫਿਰ ਉਹਦੇ ਵਿੱਚ ਕੀ ਹੁੰਦਾ ਹੈ ਕਿ ਵੀਡੀਓ ਅਪਲੋਡ ਕਰਦੇ ਹੋ ਜ਼ਿਆਦਾ ਸਾਹਮਣੇ ਨਹੀਂ ਆਂਦੀ ਸਿਰਫ ਤਾਂ ਹੀ ਕੋਈ ਦੇਖਦਾ ਜੇ ਤੂੰ ਸਰਚ ਕਰਦਾ ਅਲੀ ਪਤੈਂਤੇ ਲਿਖਦਾ ਫਿਰ ਹੀ ਸਾਹਮਣੇ ਆਂਦੀ ਹੈ ਤੇ ਇਸ ਵਾਸਤੇ ਸਬਸਕ੍ਰਾਈਬ ਜ਼ਿਆਦਾ ਹੋਏਗਾ ਤੇ ਫਿਰ ਵੀਡੀਓ ਤੁਹਾਡੀ ਸਾਹਮਣੇ ਰਹੇਗੀ ਤੇ ਬੰਦੇ ਜਿਸ ਟਾਈਮ ਉਹ ਸੱਚ ਨਾਰਮਲ ਦੇਖ ਰਹੇ ਨੇ ਵੀਡੀਓ YouTube ਤੇ ਜਾਂਦੇ ਨੇ ਤੇ ਉਹ ਸਾਹਮਣੇ ਫਿਰ ਵੀਡੀਓ ਸ਼ੋ ਹੋਂਦੀ ਹੈ ਜੇ ਸਬਸਕ੍ਰਾਈਬ ਜ਼ਿਆਦਾ ਹੋਵੇ ਤੇ ਮੈਂ ਕੋਈ ਗੱਲ ਨਹੀਂ ਮੈਂ ਗੁਜ਼ਾਰਿਸ਼ ਕਰਨਾ ਸਟੂਡੈਂਟਸ ਨੂੰ ਸਾਰੇ ਭਰਾਵਾਂ ਨੂੰ ਬੜੇ ਚਾਣ ਵਾਲੇ ਨੇ ਮਾਸ਼ਾਅੱਲਾ ਤੇ ਸਬਸਕ੍ਰਾਈਬ ਕਰਾ ਲੈ ਕਹਿ ਲੈਂਦੇ ਆ ਤੇ ਗੁਜ਼ਾਰਿਸ਼ ਹੈ ਵੀ ਕਿ ਸਬਸਕ੍ਰਾਈਬ ਕਰ ਦਿਓ ਅਲੀ ਪਤੰਤ ਤੇ ਟ੍ਰਾਂਸਲੇਸ਼ਨ ਅਲੀ ਪਤੰਤ ਤੇ ਨਾਮ ਤੋਂ YouTube ਦਾ ਚੈਨਲ ਹੈ ਬਸ ਉਹ ਰੈੱਡ ਜਿਹਾ ਲਿਖਿਆ ਹੁੰਦਾ ਸਬਸਕ੍ਰਾਈਬ ਉਹਨੂੰ ਕਲਿੱਕ ਕਰ ਦਿਓ ਜੀ ਚਲੋ ਉਹ ਜ਼ਿਆਦਾ ਹੋ ਜਾਏਗਾ ਤੇ ਫਿਰ ਵੀਡੀਓ ਜਿਸ ਟਾਈਮ ਅਸੀਂ ਅਪਲੋਡ ਕਰਨੇ ਆ ਪੜਾਈ ਦੀਆਂ ਹੀ ਸਾਰੀਆਂ ਪੜਨ ਪੜਾਣ ਦੀਆਂ ਹੀ ਚੀਜ਼ਾਂ ਨੇ ਜੀ ਕੁਰਾਨ ਪਾਕ ਦੀ ਸਟੱਡੀ ਏ ਔਰ ਪਟੈਂਟ ਤੇ ਡਰਾਈਵਿੰਗ ਲਾਇਸੈਂਸ ਦੀ ਸਟੱਡੀ ਏ ਕੁਝ ਕਲਾਸਾਂ ਅਪਲੋਡ ਕੀਤੀਆਂ ਹੁੰਦੀਆਂ ਨੇ ਤੇ ਯਾ ਕੋਈ ਅੱਛੇ ਲੈਕਚਰ ਲੈਸਨ ਤੇ ਠੀਕ ਹੈ ਜੀ ਬਹੁਤ ਸ਼ੁਕਰੀਆ ਸਬਸਕ੍ਰਾਈਬ ਕਰ ਦੇਣਾ ਜਿਹੜੇ ਵੀ ਸਾਡੇ ਦੋਸਤ ਨੇ ਸਟੂਡੈਂਟਸ ਨੇ ਭਰਾ ਨੇ ਭੈਣਾਂ ਨੇ ਜਿਹੜੇ ਵੀ ਸਾਡੇ ਜੀ ਨੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਬਾਏ ਬਾਏ